ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਛ ਦਿਨਾਂ ਤੋਂ ਬੜਾ ਬਾਦਵਾਦ ਇੱਕ ਦੋ ਦਿਨਾਂ ਤੋਂ ਚੱਲ ਰਿਹਾ ਹੈ ਕਿ ਸ੍ਰੀ ਅਮਰਸਾ ਸਾਹਿਬ ਵਿਖੇ ਜੋ ਘਾਰ ਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਉੱਥੇ ਸੇਵਾ ਕਰਨੇ ਕਰ ਰਹੇ ਨੇ ਉਹਦੇ ਥਲੀਓਂ ਖੁਦਾਈ ਦੇ ਟਾਈਮ ਕੁਝ ਪ੍ਰਾਪਤਨਾਂ ਇਤਿਹਾਸ ਦੀਆਂ ਕੁਝ ਚੀਜ਼ਾਂ ਨਿਕਲੀਆਂ ਪੂਰਾ ਸਹਿ ਪਤਾ ਨਹੀਂ ਹਜੇ ਕਿਸੇ ਨੂੰ ਕੁਝ ਵੀ ਉਸ ਬਾਰੇ ਕੀ ਹੈ ਪਰ ਲੋਕਾਂ ਨੇ ਇੱਕ ਦੂਜੇ ਤੋਂ ਵੱਧ ਹੋ ਕੇ ਆਪਣੇ ਆਪ ਨੂੰ ਸਿੱਖ ਦਾ ਪੰਥ ਦਾ ਪਹਿਰੇਦਾਰ ਹੋਣ ਦਾ ਨਾਤੇ ਆਪਣੇ ਆਪ ਨੂੰ ਸਭ ਤੋਂ ਵੱਡਾ ਸਿੱਖ ਕਹੌਣ ਦੀ ਖਾਤਰ ਇੱਕ ਦੂਜੀ ਉੱਤੇ ਗਾਲੀ ਗਲੋਚ ਸ਼ਰੋਮਣੀ ਕਮੇਟੀ ਨੂੰ ਜਥੇਦਾਰਾਂ ਨੂੰ ਸਿੱਖਾਂ ਨੂੰ ਆ ਜਾਓ ਚਲਿਏ ਜੇ ਕਰੀਏ ਉਹ ਕਰੀਏ ਕਿੰਨੀ ਕੋ ਨਿਮਰਤਾ ਹੈ ਸਾਡੇ ਵਿੱਚ ਅਸੀਂ ਆਪਣੇ ਆਪ ਨੂੰ ਕਿੰਨਾ ਕੋ ਵਧੀਆ ਸਿੱਖ ਸਮਝਦੇ ਹਾਂ ਕੀ ਸਾਨੂੰ ਗੁਰੂ ਮਹਾਰਾਜ ਨੇ ਇਹ ਹੁਕਮ ਕੀਤਾ ਕਿ ਤੁਸੀਂ ਜਿੰਨੇ ਕਾਰ ਸੇਵਾ ਵਾਲੇ ਬਾਬੇ ਸਾਰਿਆਂ ਨੂੰ ਇੱਕ ਰੱਸੇ 'ਤੇ ਬੰਨ੍ਹ ਕੀਤਾ ਉਹਨਾਂ ਨੂੰ ਗਾਲੀ ਗਲੋਚ ਤਾਂ ਜੋ ਕੋ ਸਿਉਂਕ ਦੱਸੀ ਜਾਂਦਾ ਕੋ ਕੁਛ ਦੱਸੀ ਜਾਂਦਾ ਮੈਂ ਦੋਨੇ ਹੱਥ ਜੋੜ ਕੇ ਬੇਨਤੀ ਕਰਨੀ ਚਾਹਨਾ ਭਾਈ ਲੱਖਾ ਸਿੰਘ ਸਿਧਾਣਾ ਨੂੰ ਅਸੀਂ ਤੇਰੀ ਬੜੀ ਕਦਰ ਕਰਦੇ ਹਾਂ ਪਰ ਇਹ ਨਾ ਸੋਚੀ ਤੂੰ ਆਪਣੇ ਆਪ ਨੂੰ ਕਹਿਣਾ ਕਿ ਮੈਂ ਸਿੱਖ ਹਾਂ ਮੈਂ ਇਹ ਕਰ ਦਿਆਂਗਾ ਉਹ ਕਰ ਦਿਆਂਗਾ ਤੇਰੇ ਦਿਲ 'ਚ ਇੱਕ ਭੁਲੇਖਾ ਹਉਮੇ ਦਾ ਮਾਰਿਆ ਹੋਇਆ ਤੂੰ ਬੰਦਾ ਤੇਰੇ ਵਿੱਚ ਹਉਮੇ ਹੈ ਮੈਂ ਇਹ ਕਰ ਦੂੰਗਾ ਉਹ ਕਰ ਦੂੰਗਾ ਤੇਰ ਕੋਲ ਕੁਛ ਨਹੀਂ ਹੁਣ ਜਿਹੜੀ ਤੇਰੀ ਜ਼ੁਬਾਨ ਹੀ ਇੰਨੀ ਭੈੜੀ ਆ ਤੂੰ ਉਹਨਾਂ ਕਾਰ ਸੇਵਾ ਵਾਲਿਆਂ ਨੂੰ ਮਹਾਪੁਰਖਾਂ ਨੂੰ ਕਿੱਦਾਂ ਦੇ ਬਚਨ ਬੋਲਦਾ ਇਹ ਸਿੱਖੀ ਵਾਲੇ ਬਚਨ ਆ ਕਿਹੜਾ ਸਿੱਖ ਕਹਿੰਦਾ ਇਹੋ ਜਿਹੇ ਬਚਨ ਹੁੰਦੇ ਨੇ ਭਾਈ ਜੇ ਤੂੰ ਆਪਣੇ ਆਪ ਨੂੰ ਸਮਝਦਾ ਗੈਂਗਸਟਰ ਤੇ ਜਾਂ ਆਪਣੇ ਆਪ ਬਦਮਾਸ਼ ਸਮਝਦਾ ਤੂੰ ਜੇਲਾ ਕੱਟੀਆਂ ਤੇਰ ਦਿਲ ਚ ਇੱਕ ਭੁਲੇਖਾ ਜਿੰਨੀ ਤੈ ਕੱਟੀ ਇੰਨੀ ਮੈਂ ਇਹ ਤੂੰ ਜਾਦੀ ਕੱਟੀ ਹੋਊਗੀ ਪਰ ਅਸੀਂ ਸਿੱਖੀ ਨੂੰ ਸਮਰਪਤ ਆਂ ਅਸੀਂ ਡਰਦੇ ਨਹੀਂ ਕਿਤੇ ਦਿਲ ਚ ਭੁਲੇਖਾ ਨਾ ਰੱਖੀ ਦੱਸਦਾ ਨੇ ਨਾਮ ਭਰਮਜੀਤ ਸਿੰਘ ਢੱਟੀ ਐ ਮੈਂ ਜੁਕੇ ਚ ਰਹਿਣਾ ਇੱਥੇ ਜਾ ਕੇ ਕਟੀਆਂ ਪੰਥਨਾ ਖੜੇ ਆ ਗੁਰੂ ਗ੍ਰੰਥਨਾ ਖੜੇ ਆ ਕਿਸੇ ਬੰਦੇ ਨਾਲ ਨਹੀਂ ਤੁਹਾਡੇ ਕੋਲੋਂ ਅੱਜ ਤੱਕ ਹੋਇਆ ਕੀ ਐ ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਕੀਤੀ ਉਹਨਾਂ ਬਾਰੇ ਤੈਂ ਕੀ ਕਰ ਦਿੱਤਾ ਤੂੰ ਕਦੇ ਦੱਸਿਆ ਆਪਣੇ ਆਪ ਨੂੰ ਉਹਦੇ ਨੂੰ ਮੰਡੇ ਲੈ ਕੇ ਇਕੱਠੇ ਕਰਕੇ ਕਿਸਾਨਾਂ ਦੇ ਨਾਲ ਤੁਸੀਂ ਦੇਖੋ ਤੁਸੀਂ ਜਿਹੜੇ ਵਧੀਆ ਕੰਮ ਕਰੋਗੇ ਲੋਕਾਂ ਨੇ ਆਪਣੇ ਆਪ ਤੁਹਾਡੀ ਸਫਤ ਕਰਨੀ ਪਰ ਜਿੱਥੋਂ ਆਣ ਕੇ ਤੁਸੀਂ ਥਾਡੀ ਪਹਿਲਾਂ ਬੋਲ ਬਾਣੀ ਇਦਾਂ ਦੀ ਕੀ ਤੁਸੀਂ ਸਿੱਖ ਸਮਝਦੇ ਹੋ ਆਪਣੇ ਆਪ ਨੂੰ ਇਹੋ ਜਿਹੀ ਬੋਲੀ ਤਾਂ ਪੰਜਾਬੀਆਂ ਦੀ ਵੀ ਨਹੀਂ ਜਿਹੜਾ ਪੰਜਾਬੀ ਆ ਉਸ ਲਈ ਪੰਜਾਬ ਦੇ ਵਿੱਚ ਹਰੇਕ ਦੇ ਨਾਲ ਮਿਲ ਵਰਤਣ ਵਾਲਾ ਬੰਦਾ ਉਹਨੂੰ ਪੰਜਾਬੀ ਕਹਿੰਦੇ ਆ ਪੰਜਾਬੀ ਭਾਸ਼ਾ ਦੇਖੋ ਕੀ ਆ ਤੇ ਇੱਕ ਗੁਰਮਖੀ ਹੈ ਤੇ ਗੁਰਮਖੰਡ ਵਾਲੀ ਬੋਲੀ ਬੋਲਣੀ ਚਾਹੀਦੀ ਆ ਮੈਂ ਬੇਨਤੀ ਕਰਨੀ ਚਾਹੁੰਦਾ ਜਿਹੜੇ ਤੂੰ ਲੋਕਾਂ ਨੂੰ ਥ੍ਰੈਟ ਦਿੰਨਾ ਪੇ ਉਥੇ ਦਰਬਾਰ ਸਾਹਿਬ ਚੱਲਾਂਗੇ ਮੇਰਾ ਇਧਰੋਂ ਕੇਸ ਨਿਬੜ ਲੈਣ ਤੋਂ ਮੈਂ ਆ ਜਾਊਂਗਾ ਉਥੇ ਇੰਦਰਾ ਆਈ ਉਥੇ ਜਕਰੀਆ ਖਾਨ ਆਇਆ ਉਥੇ ਬਹੁਤ ਆਏ ਜੇ ਦਰਬਾਰ ਸਾਹਿਬ ਤੇ ਜਿਹੜਾ ਚੜ ਕੇ ਆਇਆ ਨਾ ਉਹ ਬੂਥੀ ਪਨਾ ਕੇ ਮੁੜਿਆ ਅਸੀਂ ਕੋਈ ਨਾਂ ਤੇ ਜ਼ਗੀਰ ਉਹਦੇ ਨਾਂ ਬਾਦਲ ਕਿਆਂ ਦੇ ਬੰਦੇ ਆ ਪਰ ਸਿੱਖਾਂ ਤੈਨੂੰ ਪਤਾ ਹੋਣਾ ਚਾਹੀਦਾ ਸਾਡੇ ਤੇ ਵੀ ਉਹਨਾਂ ਦੇ ਕੇਸ ਪਏ ਹੋਇਆ ਸੀ ਮੂਹਨ ਖਾਤਰੀ ਜੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੋਣ ਦੇ ਨਾਤੇ ਜੇਲਾ ਕਟੀਆਂ ਅਸੀਂ ਇੰਗਲੈਂਡ ਵਰਗਾ ਸੋਖ ਰਾਮ ਛੱਡ ਕੇ ਜਾ ਕੇ ਇੰਡੀਆ ਜੇਲਾ ਕਟੀਆਂ ਤੈਨੂੰ ਪਤਾ ਹੋਣਾ ਚਾਹੀਦਾ ਪਰ ਮੈਂ ਜਦੋਂ ਤੇਰੀ ਮੈਂ ਤੇਰਾ ਬਹੁਤ ਕਦਰ ਕਰਦਾ ਵੀ ਤੂੰ ਚੰਗੇ ਕੰਮ ਕਰਦਾ ਪਰ ਮੈਂ ਜਦੋਂ ਤੇਰੀ ਭਾਸ਼ਾ ਦੇਖੀ ਮੇਰੇ ਮਨ ਚ ਆਉਂਦਾ ਕਿ ਤੇਰੇ ਵਰਗੇ ਦੇ ਤਾਂ ਮੱਥੇ ਲੱਗਣਾ ਮਾੜਾ ਤੂੰ ਭਾਵੇਂ ਸੋ ਚੰਗਾ ਕੰਮ ਕਰੇ ਪਰ ਜਿਹੜੀ ਤੇਰੀ ਬਾਸ਼ਾ ਜਿਹੜੀ ਤੇਰੀ ਬੋਲੀ ਹੈ ਨਾ ਉਹ ਬਿਲਕੁਲ ਉਹ ਨਾਮ ਸਿਮਰਨ ਜਪਦੇ ਆ ਕਾਰ ਸੇਵਾ ਵਾਲੇ ਅੱਜ ਤੈਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਜੇ ਕਿਸਾਨੀ ਅੰਦੋਲਨ ਚੱਲ ਰਿਹਾ ਨਾ ਉੱਥੇ ਸਭ ਤੋਂ ਜ਼ਿਆਦਾ ਲੰਗਰ ਜਿਹੜੇ ਆ ਨਾ ਇਹਨਾਂ ਦੇ ਚੱਲਦੇ ਆ ਇਹ ਗੁਰੂ ਪਿਆਰਿਆਂ ਦੇ ਨਾਮ ਸਿਮਰਨਾ ਵਾਲਿਆਂ ਦੇ ਕਾਰ ਸੇਵਾ ਵਾਲੇ ਬਾਬੇ ਬਾਬਾ ਜਗਤਾਰ ਸਿੰਘ ਹੋਣੀ ਲੋਹਗੜ ਵਾਲੇ ਜਿਹੜੇ ਹੈਗੇ ਆ ਦਿੱਲੀ ਸ਼ਰੋਮਣੀ ਕਮੇਟੀ ਬਾਬਾ ਨਿੰਦਰ ਸਿੰਘ ਹਜ਼ੂਰ ਸਾਹਿਬ ਵਾਲੇ ਤੈਨੂੰ ਕਿੰਨੇ ਕੋ ਗੁਨਾਮਾ ਉੱਥੇ ਭਾਈ ਜਸਵੀਰ ਸਿੰਘ ਰੋਡੇ ਪੰਚਕਦਾਨ ਨੇ ਵੀ ਲੰਗਰ ਲਾਇਆ ਟਕਸਾਲ ਵੱਲੋਂ ਤੇ ਤੁਸੀਂ ਸਾਨੂੰ ਥ੍ਰੈਟ ਦੇ ਕੇ ਕੀ ਲੋਕਾਂ ਨੂੰ ਸਾਬਤ ਕਰਨਾ ਚਾਹੁੰਦੇ ਹੋ ਜੇ ਤੈਨੂੰ ਉਸ ਚੀਜ਼ ਦਾ ਦੁੱਖ ਸੀ ਤੂੰ ਉੱਥੇ ਗੱਡੀ ਫੜਦਾ ਤੂੰ ਇੰਡੀਆ ਚ ਸੀ ਜਾ ਕੇ ਉੱਥੇ ਦੇਖਦਾ ਉਹਨਾਂ ਨਾਲ ਬੈਠ ਕੇ ਗੱਲ ਕਰਦਾ ਭਾਈ ਇਹ ਕੀ ਹੈ ਇਹ ਅਸਲੀ ਤੇਨੂੰ ਪਤਾ ਕਾਹੇ ਤੇਰੇ ਤੈਨੂੰ ਦਸਾਂ ਗੁਰੂਆਂ ਦੇ ਤਾਂ ਨਾਂ ਨਹੀਂ ਆਦੇ ਹੋਣੇ ਜੋ ਤੂੰ ਬਕਵਾਸ ਕਰਨ ਲੱਗ ਪਿਆ ਉੱਠ ਕੇ ਤੈਨੂੰ ਇੱਕ ਗੱਲ ਮੈਂ ਦੱਸ ਦੇਣੀ ਚਾਹਣਾ ਕਿ ਤੇਰੇ ਦਿਲ ਚ ਭਲੇਖਾ ਨਾ ਰਹੇ ਪਰ ਦੇਖੋ ਚਾਰ ਬੰਦੇ ਹੋਣਗੇ ਗੰਨਾਂ ਵਾਲੇ ਤਾਂ ਤੂੰ ਕੁਛ ਕਰ ਦੈਗਾ ਇੱਥੇ ਚੜ ਕੇ ਆਇਆ ਕਦੇ ਇਹੋ ਜਿਹਾ ਹੰਕਾਰੀ ਬੰਦਾ ਜਿਹੜਾ ਨਾ ਉਹ ਕਦੇ ਵੀ ਚੇਤੇ ਰੱਖੀਆ ਆਪਣੇ ਆਪ ਨੂੰ ਗੁਰੂ ਦੇ ਭੈ ਵਿੱਚ ਰਹਿੰਦਾ ਹੁੰਦਾ ਇਹ ਕੋ ਗੱਲ ਹੁੰਦੀ ਉਹਨਾਂ ਨੇ ਜਾ ਕੇ ਬੈਠ ਕੇ ਕਰ ਲੈਣੀ ਸੀ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ